एमएसपी के मुद्दे से सुखबीर सिंह बादल ने मुड़ किसानों को भरोसा दिता है। प्रधान साहब थोड़ी टीम हुणी मेरे नाल विचार करने वास्ते असीं बैठे सी, उन्होंने अपने जिहड़ियां मन दीआं गल्लां सी ओह मेरे नाल शेयर कीतीआं, गल कीती, मैं भी अपनी गल दी कीती। ते मैं इन्हां नूं एक बेनती भी कीती है कि श्रोमणी अकाली दल जिहड़ी पार्टी है किसानां दी जथेबंदी है, जिवें थोड़ी किसानां दी जथेबंदी है श्रोमणी अकाली दल भी किसानां दी जथेबंदी। पूरी जिंदगी असीं किसानी वास्ते लड़े हां ते मैं इन्हां नूं एक शोर कीता है कि थोड़ी जिहड़ी गल है ਉਹ ਮੈਂ ਸੈਂਟਰ ਦੇ ਜਿਹੜੇ ਵਜ਼ੀਰ ਹੈ ਜਿਹੜੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿਹੜੀ ਕਿਹੜੀਆਂ ਚੀਜ਼ਾਂ ਤੁਹਾਡੇ ਮਨ 'ਚ ਜਿਹੜੀ ਸ਼ੱਕ ਪਾਉਂਦੀਆਂ ਉਹ ਤੁਸੀਂ ਮੈਨੂੰ ਦੱਸ ਦਿਓ, ਲਿਖ ਕੇ ਦੇ ਦਿਓ, ਉਹ ਤੁਹਾਡੀ ਮੀਟਿੰਗ ਕਰਾ ਕੇ ਉਹਦਾ ਅਸੀਂ ਪੂਰਾ ਉਹਨਾਂ ਤੋਂ ਲਿਖ ਕੇ ਜਵਾਬ ਲਵਾਂਗੇ ਸਾਰਾ ਕੁਛ। ਮੈਂ ਪ੍ਰਧਾਨ ਜੀ ਨੂੰ ਇੱਕ ਗੱਲ ਸ਼ੁਰੂ ਕੀਤੀ ਹੈ ਕਿ ਜਦੋਂ ਤੱਕ ਮੈਂ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਦਾ, ਐਮ ਐਸ ਪੀ ਪੰਜਾਬ 'ਚ ਰਹੂਗੀ ਅਤੇ ਖਰੀਦ ਰਹੂਗੀ। ਜ਼ਿੰਦਗੀ ਮੇਰੀ, ਮੈਂ ਤੁਹਾਨੂੰ ਦੱਸਾਂ ਅਸੀਂ ਵੱਧ ਤੋਂ, ਮੈਂ ਪ੍ਰਧਾਨ ਸਾਹਿਬ ਨਾਲ ਵੀ ਜ਼ਿਕਰ ਕੀਤਾ ਸੀ, ਮੈਂ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਸੀ, ਜੇ ਕੋਈ ਵੀ ਕੋਸ਼ਿਸ਼ ਕਰੇ ਅੱਜ ਨਹੀਂ 20 ਸਾਲ ਬਾਅਦ ਵੀ ਕਰੇ ਸਭ ਤੋਂ ਅੱਗੇ ਹੋ ਕੇ ਤੁਹਾਡੇ ਨਾਲ ਲੱਗ ਕੇ ਆਪਾਂ ਐਜੂਕੇਸ਼ ਕਰਾਂਗੇ, ਪਰ ਐਮ ਐਸ ਪੀ ਨਹੀਂ ਹਿੱਲਣ ਦੇਵਾਂਗੇ ਨਾ ਖਰੀਦ ਹਿੱਲਣ ਦੇਵਾਂਗੇ।